ਬਠਿੰਡਾ ਦੇ ਵਿੱਚ ਕਿਸਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ ਗਿਆ। ਦੱਸ ਦੇ ਕਿ ਪਿੰਡ ਮਹਿਮਾ ਸਰਚਾ ਦੇ ਵਿੱਚ ਚੋਣ ਪ੍ਰਚਾਰ ਕਰਨ ਸੁਖਬੀਰ ਬਾਦਲ ਪਹੁੰਚੇ ਸੀ, ਜਿਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਪੁਲਿਸ ਦੇ ਨਾਲ ਇੱਥੇ ਝੜਪ ਵੀ ਹੋਈ ਹੈ। ਵਿਰੋਧ ਕਰ ਰਹੇ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਭਾਜਪਾ ਦੇ ਨਾਲ ਯਾਰੀ ਨਿਭਾਉਣ ਸਮੇਂ ਕਿਉਂ ਯਾਦ ਨਹੀਂ ਆਉਂਦੇ ਪੰਜਾਬ ਦੇ ਮੁੱਦੇ। ਤਾਂ ਬਠਿੰਡਾ ਦੀਆਂ ਤਸਵੀਰਾਂ ਨੇ ਜਦੋਂ ਸੁਖਬੀਰ ਸਿੰਘ ਬਾਦਲ ਇੱਥੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਪਹਿਲਾਂ ਤੁਸੀਂ ਕਹਿੰਦੇ ਸੀ ਚੰਗੇ ਆ ਇਹ ਕਾਨੂੰਨ, ਬਹੁਤ ਚੰਗੇ ਜ਼ਿਮੀਦਾਰ ਵਾਸਤੇ, ਮਗਰੋਂ ਕਿਉਂ ਮਾੜੇ ਬਣ ਗਏ ਜਦੋਂ ਕਿਸਾਨ ਜਥੇਬੰਦੀਆਂ ਨੇ ਤੁਹਾਡਾ ਘਰ ਘੇਰ ਲਿਆ? ਇਸ ਕਰਕੇ ਅਸੀਂ ਪੁੱਛਣਾ ਸੀ। ਫਿਰ ਬੰਦੀ ਸਿੰਘ ਇਹਨਾਂ ਦੇ ਜਦੋਂ ਇਹ ਹਕੂਮਤ 'ਚ ਨਹੀਂ ਹੁੰਦੇ ਉਦੋਂ ਇਹਨਾਂ ਦੇ ਬੰਦੀ ਸਿੰਘ ਯਾਦ ਆ ਜਾਂਦੇ ਆ। ਇਹ 25-20 ਸਾਲ ਰਾਜ ਕਰਕੇ ਪਹਿਲਾਂ ਇਹਨਾਂ ਦੇ ਬੰਦੀ ਸਿੰਘ ਨਹੀਂ ਯਾਦ ਆਏ। ਇਹੋ ਜਿਹੇ ਕਈ ਮੁੱਦੇ ਆ ਜਿਹੜੇ ਇਹਨਾਂ ਦੇ ਜਦੋਂ ਇਹ ਸਰਕਾਰ 'ਚ ਨਹੀਂ ਹੁੰਦੇ ਉਦੋਂ ਚੱਕ ਲੈਂਦੇ ਆ। ਊਂ ਇਹਨਾਂ ਨੂੰ ਸਰਕਾਰ ਨਾਲ ਕੋਈ ਨਹੀਂ, ਊਂ ਇਹਨਾਂ ਨੇ ਬੀਜੇਪੀ ਨਾਲ ਯਾਰੀਆਂ ਰੱਖਣੀਆਂ, ਸੈਂਟਰ ਨਾਲ ਯਾਰੀਆਂ ਪਕਾਉਣੀਆਂ, ਪੰਜਾਬ ਜਾਵੇ ਢੱਠੇ ਖੂਹ 'ਚ। ਤੇ ਇਸੇ ਖਬਰ ਤੇ ਵਧੇਰੇ ਗੱਲਬਾਤ ਲਈ ਸਾਡੇ ਸਹਿਯੋਗੀ ਕੁਲਬੀਰ ਬੀਰਾ ਸਾਡੇ ਨਾਲ ਬਠਿੰਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਤਾਂ ਕੁਲਬੀਰ ਜੀ, ਇੱਥੇ ਵਿਰੋਧ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਗਿਆ, ਹਾਲਾਂਕਿ ਭਾਜਪਾ ਦਾ ਵਿਰੋਧ ਵੀ ਕਿਸਾਨ ਲਗਾਤਾਰ ਕਰ ਰਹੇ ਨੇ, ਪਰ ਹੁਣ ਸੁਖਬੀਰ ਸਿੰਘ ਬਾਦਲ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕੀ ਕੁਝ ਹੋਰ ਜਾਣਕਾਰੀ ਹੈ? ਬਿਲਕੁਲ, ਬਠਿੰਡਾ ਦੇ ਪਿੰਡ ਮਹਿਮਾ ਦੇ ਵਿੱਚ ਜਿਹੜੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਏ ਸੀਗੇ ਆਪਣੇ ਘਰਵਾਲੀ ਦੇ ਪੱਖ ਦੇ ਵਿੱਚ ਵੋਟਾਂ ਮੰਗਣ ਵਾਸਤੇ, ਤਾਂ ਉੱਥੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਔਰ ਪੁਲਿਸ ਵੀ ਜਿਹੜੀ ਆ ਵੱਡੀ ਪੱਧਰ ਦੇ ਉੱਪਰ ਜਿਹੜੀ ਉੱਥੇ ਲਗਾਈ ਗਈ ਸੀਗੀ। ਲੇਕਿਨ ਕਿਸਾਨਾਂ ਵੱਲੋਂ ਜਿਹੜਾ ਵਾਰ ਵਾਰ ਇੱਕੋ ਗੱਲ ਦੇ ਉੱਤੇ ਮੰਗ ਕੀਤੀ ਜਾਂਦੀ ਹੈ ਕਿ ਆਖਿਰ ਇਹਨਾਂ ਨੇ ਇੰਨੇ ਸਾਲ ਤੱਕ ਭਾਜਪਾ ਦਾ ਸਾਥ ਦਿੱਤਾ, ਉਦੋਂ ਇਹਨਾਂ ਨੂੰ ਇਹ ਗੱਲਾਂ ਯਾਦ ਕਿਉਂ ਨਹੀਂ ਆਈਆਂ ਗਿਆ? ਹੁਣ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਉਸ ਟਾਈਮ ਕਿਉਂ ਨਹੀਂ, ਇਹ ਜਦੋਂ ਉਹਨਾਂ ਦੇ ਨਾਲ ਸੀਗੇ ਤਾਂ ਉਦੋਂ ਕਿਉਂ ਉਹਨਾਂ ਦਾ ਸਾਥ ਦਿੰਦੇ ਰਹੇ? ਉਦੋਂ ਇਹਨਾਂ ਗੱਲਾਂ ਦੇ ਉੱਪਰ ਬਿਲਕੁਲ ਵੀ ਇਹਨਾਂ ਨੇ ਕੋਈ ਆਪਦਾ ਪੱਖ ਨਹੀਂ ਦਿੱਤਾ ਸੀਗਾ, ਉਹਨਾਂ ਦੇ ਹੱਕ ਵਿੱਚ ਬੋਲਦੇ ਸੀਗੇ। ਲੇਕਿਨ ਅੱਜ ਇਹਨਾਂ ਨੂੰ ਯਾਦ ਆ ਗਿਆ, ਹੁਣ ਪੰਜਾਬ ਦੀਆਂ ਗੱਲਾਂ ਵੀ ਕਰਦੇ ਨੇ, ਹੁਣ ਕਿਸਾਨੀ ਦੀਆਂ ਗੱਲਾਂ ਵੀ ਕਰਦੇ ਨੇ, ਤਾਂ ਹੁਣ ਇਹ ਬੰਦੀ ਸਿੰਘਾਂ ਦੇ ਗੱਲਾਂ ਵੀ ਕਰਦੇ। ਲੇਕਿਨ ਜਦੋਂ ਉਹਨਾਂ ਦੇ ਇਹਨਾਂ ਅਸੀਂ ਇਹ ਕਰਨਾ ਵਿਰੋਧ ਕਰਾਂਗੇ ਗੱਲ ਦੇ ਉੱਤੇ ਦਿੱਤੀ। ਠੀਕ ਹੈ ਕੁਲਬੀਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਹਿਮ ਜਾਣਕਾਰੀ ਤੋਂ ਸਾਡੇ ਦਰਸ਼ਕਾਂ ਦੇ ਨਾਲ।